ਅਸਲਾਮ ਵਾਲੇਕੁਮ, ਨਮਸਕਾਰ, ਸਤਿ ਸ਼੍ਰੀ ਅਕਾਲ। ਪਿਛਲੇ ਵਿਲਾਪ ਮੇਂ ਮੈਨੇ ਰਾਸ਼ਿਦ ਖਾਨ ਸਾਹਿਬ ਮਰਹੂਮ ਕੀ ਯਾਦ ਮੇਂ ਰਾਗ ਭੋਪਾਲੀ ਪੇਸ਼ ਕੀਆ ਥਾ। ਆਜ ਮੈਂ ਉਨਕੀ ਯਾਦ ਮੇਂ ਉਨਕਾ ਬਹੁਤ ਮਸ਼ਹੂਰ ਬਹੁਤ ਖੂਬਸੂਰਤ ਗਾਨਾ ਆਓਗੇ ਜਬ ਵਾਲੇ ਪਰ ਪੇਸ਼ ਕਰ ਰਹਾ ਹੂੰ। ਜੈਸਾ ਕਿ ਆਪ ਜਾਣਤੇ ਹੈ, ਹਮਾਰੇ ਸਬ ਕੋਂਟੀਨੈਂਟ ਮੇਂ ਜਬ ਮਿਊਜ਼ਿਕ ਡਾਇਰੈਕਟਰ ਕੋਈ ਗਾਨਾ ਕੰਪੋਜ਼ ਕਰਤੇ ਹੈ ਤੋ ਬੁਨਿਆਦੀ ਤੌਰ ਪਰ ਵੋ ਕਿਸੀ ਰਾਗ ਕੋ ਮੱਦੇਨਜ਼ਰ ਰੱਖ ਕਰ ਤਰਜ਼ ਬਣਾਤੇ ਹੈ, ਔਰ ਇਸਕੇ ਬਾਅਦ ਉਸ ਰਾਗ ਮੇਂ ਦੂਸਰੇ ਸੁਰੋਂ ਕੀ ਅਮੇਜ਼ਿਸ਼ ਕਰਕੇ ਗਾਨਾ ਇਵਾਲਵ ਕਰਤੇ ਹੈ। ਬਹੁਤ ਕਮ ਹਮਾਰੇ ਗਾਨੇ ਹੈ ਜੋ ਖਾਲਸ ਮਗਰਬੀ ਸਕੇਲ ਮੇਂ ਹੈ। ਯੇ ਗਾਨਾ ਰਾਗ ਤਿਲਕ ਕਾ ਮੋਦ ਮੇਂ ਹੈ ਔਰ ਖਾਨ ਸਾਹਿਬ ਨੇ ਬਹੁਤ ਖੂਬਸੂਰਤੀ ਕੇ ਸਾਥ ਗਾਇਆ ਹੁਆ ਹੈ। ਇਸਮੇਂ ਖਾਸ ਬਾਤ ਇਹ ਹੈ ਕਿ ਖਾਨ ਸਾਹਿਬ ਨੇ ਆਪਣੀ ਤਾਨੋਂ ਮੇਂ ਤੀਵਰ ਮੱਧਮ ਸੁਰ ਯੂਜ਼ ਕੀਆ ਹੈ। ਯੇ ਸੁਰ ਇਸ ਰਾਗ ਕਾ ਵਰਜਿਤ ਸੁਰ ਹੈ, ਯਾਨੀ ਦੁਸ਼ਮਣ ਸੁਰ ਹੈ। ਯੇ ਵੋ ਸੁਰ ਹੋਤੇ ਹੈ ਕਿ ਅਗਰ ਉਸ ਰਾਗ ਮੇਂ ਵੋ ਲਗਾਏ ਜਾਏ ਤੋ ਉਸਕੀ ਸ਼ਕਲ ਤਬਦੀਲ ਕਰ ਦੇਤੇ ਹੈ ਔਰ ਖਰਾਬ ਕਰ ਦੇਤੇ ਰਾਗ ਕੋ। ਲੇਕਿਨ ਖਾਨ ਸਾਹਿਬ ਨੇ ਇਸ ਖੂਬਸੂਰਤੀ ਕੇ ਸਾਥ ਯੇ ਲਗਾਇਆ ਹੈ ਕਿ ਕਮਾਲ ਹੈ। ਇਸਕੇ ਇਲਾਵਾ ਇਸ ਰਾਗ ਮੇਂ ਆਪਣੇ ਕੁਛ ਥੋੜ੍ਹਾ ਸਾ ਰਾਗ ਦੇਸ ਕਾ ਇਸਤੇਮਾਲ ਕੀਆ ਹੈ ਆਪਣੀ ਤਾਨੋਂ ਮੇਂ, ਔਰ ਏਕ ਦੋ ਸੁਰ ਰਾਗ ਮੀਆਂ ਕੇ ਮਿਲਾ ਕੇ ਵੀ ਲਗਾਏ ਹੋਏ। ਤੋ ਗਾਨਾ ਬਜਾਨੇ ਸੇ ਪਹਿਲੇ ਮੈਂ ਰਾਗ ਤਿਲਕ ਕਾ ਮੋਦ ਕੀ ਥੋੜ੍ਹੀ ਸੀ ਅਰਾਹ ਪੇਸ਼ ਕਰੂੰਗਾ।